ਲੱਖਾ ਸਧਾਣਾ 1 ਤਰੀਕ ਨੂੰ ਸਾਡਾ ਆਪਸ ਵਿੱਚ ਸੰਪਰਕ ਹੋਇਆ। ਲੱਖਾ ਮੈਨੂੰ ਕਹਿੰਦਾ ਵੀ ਸੰਗਰੂਰ ਦੇ ਜਿਹੜੇ ਨੇੜੇ ਦੇ ਪਿੰਡ ਨੇ ਵੀ ਆਪਾਂ ਇਹਨਾਂ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੀਏ ਵੀ ਉਹ ਤਾਂ ਵੈਸੇ ਤਾਂ ਸਾਰੇ ਜਾਣੇ ਸੀ ਸਾਰੇ ਸਾਡੇ ਪ੍ਰਧਾਨ ਜੀ ਸੋਮਾ ਜੀ ਸਾਰੇ। ਚਲੋ ਅਸੀਂ ਲੌਸਮੈਂਟਾਂ ਸ਼ੁਰੂ ਕਰੀਆਂ ਬੜਬਰ ਤੋਂ, ਪਹਿਲੀ ਲੌਸਮੈਂਟ ਬੜਬਰ ਕਰੀ, ਫਿਰ ਮੰਡੇਰ ਕਲਾਂ, ਸਾਹੋ ਕੇ, ਢੱਡਰੀਆਂ, ਰੱਤੋ ਕੇ, ਤੱਕੀ, ਇਹਨਾਂ ਪਿੰਡਾਂ ਦੇ ਵਿੱਚ ਲੌਸਮੈਂਟ ਕਰਦੇ ਕਰਦੇ ਸਾਨੂੰ ਸ਼ਾਮ ਹੋ ਗਈ। ਸ਼ਾਮ ਨੂੰ ਮੇਰੇ ਕੋਲੋਂ ਪ੍ਰਸ਼ਾਦਾ ਪਾਣੀ ਛਕ ਕੇ ਸਾਰੀ ਟੀਮ ਲੱਖੇ ਸਧਾਣੇ ਦੀ ਸਮੇਤ ਗਨਮੈਨ ਚਲੇ ਗਏ। 2 ਤਰੀਕ ਨੂੰ ਦੁਬਾਰੇ ਫਿਰ ਸਵੇਰੇ ਅਸੀਂ ਸ਼ੁਰੂ ਕੀਤਾ ਮੇਰੇ ਪਿੰਡ ਬੁੱਗਰ ਤੋਂ, ਬੁੱਗਰ ਲੌਸਮੈਂਟ ਕੀਤੀ, ਮੰਡੇਰ ਖੁਰਦ ਕੀਤੀ, ਦਿਆਲਗੜ੍ਹ, ਤੋਗੋਵਾਲ, ਝਾੜੋਂ, ਸ਼ਾਹਪੁਰ, ਸ਼ੇਰੋਂ, ਨਮੋਲ, ਉੱਬਾਵਾਲ। ਉੱਬਾਵਾਲ ਜਾ ਕੇ ਸਾਨੂੰ ਬਾਈ ਨੂੰ ਮੈਸੇਜ ਕਿਸੇ ਪਾਸੇ ਲੱਗਿਆ ਵੀ ਬੜੁੱਖਾਂ ਸਾਨੂੰ ਰੈਸਟ ਕਰਨਾ। ਉੱਥੋਂ ਅਸੀਂ ਚਲੇ ਗਏ ਪਿੰਡ ਬੁੱਗਰਾਂ ਚਲੇ ਗਏ। ਬੁੱਗਰਾਂ ਜਾ ਕੇ ਅਸੀਂ ਚਾਹ ਪਾਣੀ ਪੀਤਾ ਅਤੇ ਉੱਥੋਂ ਬਾਈ ਜੀ ਨੇ ਕੀ ਕਰਿਆ, ਉਹ ਕਹਿੰਦੇ ਵੀ ਤੁਸੀਂ, ਮੈਨੂੰ ਵੀ ਨਹੀਂ ਦੱਸਿਆ ਵੀ ਮੈਂ ਕਿੱਥੇ ਚੱਲਿਆ। ਬਾਈ ਜੀ ਕਹਿੰਦੇ ਵੀ ਤੁਸੀਂ ਬੈਠੋ, ਮੈਂ ਆਇਆ। ਉਸ ਤੋਂ ਬਾਅਦ ਉਹਨਾਂ ਨੇ ਨਾਲ ਦੀ ਨਾਲ ਸਾਡੇ ਨਾਲ ਸੰਪਰਕ ਤੋੜਤਾ, ਫੋਨ ਬੰਦ ਕਰਤੇ। ਫੋਨ ਬੰਦ ਕਰਕੇ ਉਹ ਆਪਣੀ ਕਿਸੇ ਸਹੀ ਜਗ੍ਹਾ 'ਤੇ ਪਹੁੰਚ ਗਏ ਜਿੱਥੋਂ ਉਹ ਇਕੱਠ ਦੇ ਵਿੱਚ ਜਾ ਸਕਣ। ਉਹ ਇਹਨਾਂ ਦਾ ਪਲੈਨ ਬਣਿਆ ਹੋਇਆ ਸੀ ਸਾਰਾ, ਸਾਨੂੰ ਨਹੀਂ ਦੱਸਿਆ ਉਹਨਾਂ ਨੇ। ਮੈਂ ਗਵਾਹ ਇਸ ਚੀਜ਼ ਦਾ, ਮੈਂ ਐਫੀਡੈਵਿਟ ਲਿਖ ਕੇ ਦੇਣ ਨੂੰ ਤਿਆਰ ਹਾਂ। ਗਨਮੈਨਾਂ ਦੀ ਲੋਕੇਸ਼ਨ ਲੈ ਲਓ, ਗਨਮੈਨ ਦੂਸਰੇ ਦਿਨ 2 ਵਜੇ, 1 ਤੋਂ 2 ਵਜੇ ਜਦੋਂ ਲੱਖਾ ਲਾਈਵ ਹੋ ਗਿਆ ਵੀ ਲੱਖਾ ਧਰਨੇ ਦੇ ਜਗ੍ਹਾ 'ਤੇ ਪਹੁੰਚ ਗਿਆ, ਜਸਵਿੰਦਰ ਸਿੰਘ ਸੋਮੇ ਦੇ ਕਾਫਲੇ ਦੇ ਵਿੱਚ ਇਕੱਠੇ ਹੋ ਗਏ ਇਹ, ਉੱਥੇ ਇਹ ਉਸ ਪ੍ਰੋਗਰਾਮ 'ਤੇ ਪਹੁੰਚ ਗਏ। ਫਿਰ ਗਨਮੈਨਾਂ ਦਾ ਮੈਨੂੰ ਮੈਸੇਜ ਆਇਆ, ਕਹਿੰਦੇ ਬਾਈ ਜੀ ਸਾਨੂੰ ਵੀ ਉੱਥੇ ਉੱਪੜਦੇ ਕਰੋ। ਫਿਰ ਇਹਨਾਂ ਨੂੰ ਮੈਂ ਸਾਧਨ ਕਰਕੇ ਗਨਮੈਨ ਵਿਚਾਰੇ ਉੱਥੇ ਫਿਰ ਉੱਪੜੇ ਨੇ। ਉੱਥੇ ਇੱਕ ਇਹ ਵੀ ਸਵਾਲ ਆ ਬਾਈ ਨਾਲ ਹੀ ਵੀ ਗਨਮੈਨਾਂ ਨੇ ਆਪਣੀ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਵੀ ਬਾਈ ਸਾਨੂੰ ਇੱਥੇ ਛੱਡ ਕੇ ਚਲਿਆ ਗਿਆ ਅਤੇ ਅਸੀਂ ਇੱਥੇ ਇਕੱਲੇ? ਗਨਮੈਨਾਂ ਨੂੰ ਜੀ ਜਦੋਂ ਮੇਰੇ ਘਰ ਦੇ ਵਿੱਚ ਗਨਮੈਨ ਰੁਕ ਗਏ, ਗਨਮੈਨਾਂ ਦੀ ਲੋਕੇਸ਼ਨ ਪੈ ਗਈ, ਮੇਰੇ ਪਿੰਡ ਨੂੰ ਆਲੇ ਦੁਆਲੇ ਸਾਰੇ ਘੇਰਾ ਪੈ ਗਿਆ, CID, ਇੰਸਪੈਕਟਰ, ਸਾਰਾ ਹੋਰ ਪੁਲਿਸ, ਬਹੁਤ ਜ਼ਿਆਦਾ ਘੇਰਾ ਪੈ ਗਿਆ। ਜਦੋਂ ਮੈਨੂੰ ਪਤਾ ਲੱਗਿਆ, ਮੈਂ ਗਨਮੈਨਾਂ ਨੂੰ ਕਹਿ ਗਿਆ ਵੀ ਮੈਂ ਚੱਲਿਆ ਵੀ ਤੁਸੀਂ ਦੱਸੋ ਕਿਵੇਂ ਕਰਨਾ। ਉਹ ਕਹਿੰਦੇ ਜੀ ਅਸੀਂ ਤਾਂ ਇੱਥੇ ਹੀ ਠਹਿਰਨਾ, ਹੁਣ ਅਸੀਂ ਕਿੱਥੇ ਜਾਵਾਂਗੇ, ਹੁਣ ਆਪਣੇ ਭਰਾ ਨੇ ਵਿਚਾਰੇ ਮੁਲਾਜ਼ਮ ਨੇ, ਪੁਲਿਸ ਮੁਲਾਜ਼ਮ। ਮੈਂ ਕਿਹਾ ਭਾਈ ਤੁਸੀਂ ਇੱਥੇ ਬੈਠੋ, ਆਰਾਮ ਨਾਲ ਬੈਠੋ, ਕੋਈ ਚੱਕਰ ਨਹੀਂ। ਉਹਨਾਂ ਨੇ ਆਪਣਾ ਪ੍ਰਸ਼ਾਦਾ ਪਾਣੀ ਸਵੇਰੇ ਨਹਾਤੇ ਧੋਤੇ ਸਾਰਾ ਉੱਥੇ ਰਹੇ। ਉਹਨਾਂ ਦੀ ਲੋਕੇਸ਼ਨ ਆਈ, ਫਿਰ ਸਵੇਰੇ 6 ਵਜੇ ਮੇਰਾ ਘਰ ਨੂੰ ਖੁਲਾਇਆ ਗਿਆ ਪੁਲਿਸ ਵੱਲੋਂ। ਸਵੇਰੇ ਮੇਰੇ ਘਰ ਨੂੰ ਚੈੱਕ ਕੀਤਾ ਗਿਆ ਅਤੇ ਗਨਮੈਨਾਂ ਦੇ ਨਾਲ ਫਿਰ ਉਹਨਾਂ ਨੇ ਗੱਲ ਕੀਤੀ। ਮੈਨੂੰ ਲੱਗਦਾ ਸ਼ਾਇਦ ਕਿਸੇ ਆਪਣੇ IG ਸਾਹਿਬ ਨੇ, ਕਿਸੇ ਅਫਸਰ ਨੇ ਵੀ ਗੱਲ ਕੀਤੀ ਵੀ ਲੱਖਾ ਕਿੱਥੇ ਹੈ, ਤੁਸੀਂ ਇੱਥੇ ਕਿਵੇਂ ਰਹੇ, ਕੋਈ ਉਹ ਕੋਈ ਹੋਈ ਹੈ ਗੱਲ, ਚਲੋ ਮਹਿਕਮੇ ਦਾ ਆਪਦਾ ਅੰਡਰਸਟੈਂਡਿੰਗ ਹੈ ਜਿਵੇਂ ਵੀ ਹੋਈ। ਪਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਗਨਮੈਨ 12-1-2 ਵਜੇ ਤੱਕ 3 ਤਰੀਕ ਨੂੰ ਮੇਰੇ ਘਰ ਰਹੇ ਨੇ। ਲੱਖੇ ਦੇ ਨਾਲ ਗਨਮੈਨ ਹੈ ਨਹੀਂ ਸੀ ਜਦੋਂ ਲੱਖਾ ਉੱਥੇ ਗਏ, ਨਹੀਂ ਹੈਗੇ ਸੀ, ਇਹ ਚੀਜ਼ ਦਾ ਮੈਂ ਗਵਾਹ ਬੈਠਾ। ਲੱਖਾ ਸਧਾਣਾ 1 ਤਰੀਕ ਨੂੰ ਸਾਡਾ ਆਪਸ ਵਿੱਚ ਸੰਪਰਕ ਹੋਇਆ। ਲੱਖਾ ਮੈਨੂੰ ਕਹਿੰਦਾ ਵੀ ਸੰਗਰੂਰ ਦੇ ਜਿਹੜੇ ਨੇੜੇ ਦੇ ਪਿੰਡ ਨੇ ਵੀ ਆਪਾਂ ਇਹਨਾਂ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੀਏ ਵੀ ਉਹ ਤਾਂ ਵੈਸੇ ਤਾਂ ਸਾਰੇ ਜਾਣੇ ਸੀ ਸਾਰੇ ਸਾਡੇ ਪ੍ਰਧਾਨ ਜੀ ਸੋਮਾ ਜੀ ਸਾਰੇ। ਚਲੋ ਅਸੀਂ ਲੌਸਮੈਂਟਾਂ ਸ਼ੁਰੂ ਕਰੀਆਂ ਬੜਬਰ ਤੋਂ, ਪਹਿਲੀ ਲੌਸਮੈਂਟ ਬੜਬਰ ਕਰੀ, ਫਿਰ ਮੰਡੇਰ ਕਲਾਂ, ਸਾਹੋ ਕੇ, ਢੱਡਰੀਆਂ, ਰੱਤੋ ਕੇ, ਤੱਕੀ, ਇਹਨਾਂ ਪਿੰਡਾਂ ਦੇ ਵਿੱਚ ਲੌਸਮੈਂਟ ਕਰਦੇ ਕਰਦੇ ਸਾਨੂੰ ਸ਼ਾਮ ਹੋ ਗਈ। ਸ਼ਾਮ ਨੂੰ ਮੇਰੇ ਕੋਲੋਂ ਪ੍ਰਸ਼ਾਦਾ ਪਾਣੀ ਛਕ ਕੇ ਸਾਰੀ ਟੀਮ ਲੱਖੇ ਸਧਾਣੇ ਦੀ ਸਮੇਤ ਗਨਮੈਨ ਚਲੇ ਗਏ। 2 ਤਰੀਕ ਨੂੰ ਦੁਬਾਰੇ ਫਿਰ ਸਵੇਰੇ ਅਸੀਂ ਸ਼ੁਰੂ ਕੀਤਾ ਮੇਰੇ ਪਿੰਡ ਬੁੱਗਰ ਤੋਂ, ਬੁੱਗਰ ਲੌਸਮੈਂਟ ਕੀਤੀ, ਮੰਡੇਰ ਖੁਰਦ ਕੀਤੀ, ਦਿਆਲਗੜ੍ਹ, ਤੋਗੋਵਾਲ, ਝਾੜੋਂ, ਸ਼ਾਹਪੁਰ, ਸ਼ੇਰੋਂ, ਨਮੋਲ, ਉੱਬਾਵਾਲ। ਉੱਬਾਵਾਲ ਜਾ ਕੇ ਸਾਨੂੰ ਬਾਈ ਨੂੰ ਮੈਸੇਜ ਕਿਸੇ ਪਾਸੇ ਲੱਗਿਆ ਵੀ ਬੜੁੱਖਾਂ ਸਾਨੂੰ ਰੈਸਟ ਕਰਨਾ। ਉੱਥੋਂ ਅਸੀਂ ਚਲੇ ਗਏ ਪਿੰਡ ਬੁੱਗਰਾਂ ਚਲੇ ਗਏ। ਬੁੱਗਰਾਂ ਜਾ ਕੇ ਅਸੀਂ ਚਾਹ ਪਾਣੀ ਪੀਤਾ ਅਤੇ ਉੱਥੋਂ ਬਾਈ ਜੀ ਨੇ ਕੀ ਕਰਿਆ, ਉਹ ਕਹਿੰਦੇ ਵੀ ਤੁਸੀਂ, ਮੈਨੂੰ ਵੀ ਨਹੀਂ ਦੱਸਿਆ
ਵੀ ਮੈਂ ਕਿੱਥੇ ਚੱਲਿਆ। ਬਾਈ ਜੀ ਕਹਿੰਦੇ ਵੀ ਤੁਸੀਂ ਬੈਠੋ, ਮੈਂ ਆਇਆ। ਉਸ ਤੋਂ ਬਾਅਦ ਉਹਨਾਂ ਨੇ ਨਾਲ ਦੀ ਨਾਲ ਸਾਡੇ ਨਾਲ ਸੰਪਰਕ ਤੋੜਤਾ, ਫੋਨ ਬੰਦ ਕਰਤੇ। ਫੋਨ ਬੰਦ ਕਰਕੇ ਉਹ ਆਪਣੀ ਕਿਸੇ ਸਹੀ ਜਗ੍ਹਾ 'ਤੇ ਪਹੁੰਚ ਗਏ ਜਿੱਥੋਂ ਉਹ ਇਕੱਠ ਦੇ ਵਿੱਚ ਜਾ ਸਕਣ। ਉਹ ਇਹਨਾਂ ਦਾ ਪਲੈਨ ਬਣਿਆ ਹੋਇਆ ਸੀ ਸਾਰਾ, ਸਾਨੂੰ ਨਹੀਂ ਦੱਸਿਆ ਉਹਨਾਂ ਨੇ। ਮੈਂ ਗਵਾਹ ਇਸ ਚੀਜ਼ ਦਾ, ਮੈਂ ਐਫੀਡੈਵਿਟ ਲਿਖ ਕੇ ਦੇਣ ਨੂੰ ਤਿਆਰ ਹਾਂ। ਗਨਮੈਨਾਂ ਦੀ ਲੋਕੇਸ਼ਨ ਲੈ ਲਓ। ਗਨਮੈਨ ਦੂਸਰੇ ਦਿਨ 2 ਵਜੇ, 1 ਤੋਂ 2 ਵਜੇ ਜਦੋਂ ਲੱਖਾ ਲਾਈਵ ਹੋ ਗਿਆ ਵੀ ਲੱਖਾ ਧਰਨੇ ਦੇ ਜਗ੍ਹਾ 'ਤੇ ਪਹੁੰਚ ਗਿਆ, ਜਸਵਿੰਦਰ ਸਿੰਘ ਸੋਮੇ ਦੇ ਕਾਫਲੇ ਦੇ ਵਿੱਚ ਇਕੱਠੇ ਹੋ ਗਏ ਇਹ, ਉੱਥੇ ਇਹ ਉਸ ਪ੍ਰੋਗਰਾਮ 'ਤੇ ਪਹੁੰਚ ਗਏ। ਫਿਰ ਗਨਮੈਨਾਂ ਦਾ ਮੈਨੂੰ ਮੈਸੇਜ ਆਇਆ, ਕਹਿੰਦੇ ਬਾਈ ਜੀ ਸਾਨੂੰ ਵੀ ਉੱਥੇ ਉੱਪੜਦੇ ਕਰੋ। ਫਿਰ ਇਹਨਾਂ ਨੂੰ ਮੈਂ ਸਾਧਨ ਕਰਕੇ ਗਨਮੈਨ ਵਿਚਾਰੇ ਉੱਥੇ ਫਿਰ ਉੱਪੜੇ ਨੇ। ਉੱਥੇ ਇੱਕ ਇਹ ਵੀ ਸਵਾਲ ਆ ਬਾਈ ਨਾਲ ਹੀ, ਵੀ ਗਨਮੈਨਾਂ ਨੇ ਆਪਣੀ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਵੀ ਬਾਈ ਸਾਨੂੰ ਇੱਥੇ ਛੱਡ ਕੇ ਚਲਿਆ ਗਿਆ ਅਤੇ ਅਸੀਂ ਇੱਥੇ ਇਕੱਲੇ? ਗਨਮੈਨਾਂ ਨੂੰ ਜੀ ਜਦੋਂ ਮੇਰੇ ਘਰ ਦੇ ਵਿੱਚ ਗਨਮੈਨ ਰੁਕ ਗਏ, ਗਨਮੈਨਾਂ ਦੀ ਲੋਕੇਸ਼ਨ ਪੈ ਗਈ, ਮੇਰੇ ਪਿੰਡ ਨੂੰ ਆਲੇ ਦੁਆਲੇ ਸਾਰੇ ਘੇਰਾ ਪੈ ਗਿਆ, CID ਇੰਸਪੈਕਟਰ ਸਾਰਾ ਹੋਰ ਪੁਲਿਸ ਬਹੁਤ ਜ਼ਿਆਦਾ ਘੇਰਾ ਪੈ ਗਿਆ। ਜਦੋਂ ਮੈਨੂੰ ਪਤਾ ਲੱਗਿਆ, ਮੈਂ ਗਨਮੈਨ ਨੂੰ ਕਹਿ ਗਿਆ ਵੀ ਮੈਂ ਚੱਲਿਆ ਵੀ ਤੁਸੀਂ ਦੱਸੋ ਕਿਵੇਂ ਕਰਨਾ। ਉਹ ਕਹਿੰਦੇ ਅਸੀਂ ਤਾਂ ਇੱਥੇ ਹੀ ਠਹਿਰਨਾ, ਹੁਣ ਅਸੀਂ ਕਿੱਥੇ ਜਾਵਾਂਗੇ? ਹੁਣ ਆਪਣੇ ਭਰਾ ਨੇ ਵਿਚਾਰੇ ਮੁਲਾਜ਼ਮ ਨੇ, ਪੁਲਿਸ ਮੁਲਾਜ਼ਮ। ਮੈਂ ਕਿਹਾ ਭਾਈ ਤੁਸੀਂ ਇੱਥੇ ਬੈਠੋ, ਆਰਾਮ ਨਾਲ ਬੈਠੋ, ਕੋਈ ਚੱਕਰ ਨਹੀਂ। ਉਹਨਾਂ ਨੇ ਆਪਦਾ ਪ੍ਰਸ਼ਾਦਾ ਪਾਣੀ ਸਵੇਰੇ ਨਹਾਤੇ ਧੋਤੇ ਸਾਰਾ ਉੱਥੇ ਰਹੇ। ਉਹਨਾਂ ਦੀ ਲੋਕੇਸ਼ਨ ਆਈ, ਫਿਰ ਸਵੇਰੇ 6 ਵਜੇ ਮੇਰਾ ਘਰ ਨੂੰ ਖੁਲਾਇਆ ਗਿਆ ਪੁਲਿਸ ਵੱਲੋਂ। ਸਵੇਰੇ ਮੇਰੇ ਘਰ ਨੂੰ ਚੈੱਕ ਕੀਤਾ ਗਿਆ ਅਤੇ ਗਨਮੈਨਾਂ ਦੇ ਨਾਲ ਫਿਰ ਉਹਨਾਂ ਨੇ ਗੱਲ ਕੀਤੀ। ਮੈਨੂੰ ਤਾਂ ਸ਼ਾਇਦ ਕਿਸੇ ਆਪਣੇ IG ਸਾਹਿਬ ਨੇ, ਕਿਸੇ ਅਫਸਰ ਨੇ ਵੀ ਗੱਲ ਕੀਤੀ ਵੀ ਲੱਖਾ ਕਿੱਥੇ ਆ, ਤੁਸੀਂ ਇੱਥੇ ਕਿਵੇਂ ਰਹੇ? ਕੋਈ ਹੋਈ ਆ ਗੱਲ, ਚਲੋ ਮਹਿਕਮੇ ਦਾ ਆਪਦਾ ਅੰਡਰਸਟੈਂਡਿੰਗ ਹੈ ਜਿਵੇਂ ਵੀ ਹੋਈ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਗਨਮੈਨ 12-1-2 ਵਜੇ ਤੱਕ 3 ਤਰੀਕ ਨੂੰ ਮੇਰੇ ਘਰ ਰਹੇ ਨੇ। ਲੱਖੇ ਦੇ ਨਾਲ ਗਨਮੈਨ ਹੈ ਨਹੀਂ ਸੀ ਜਦੋਂ ਲੱਖਾ ਉੱਥੇ ਗਿਆ, ਲੱਖੇ ਦੇ ਨਾਲ ਗਨਮੈਨ ਨਹੀਂ ਹੈਗੇ ਸੀ। ਇਸ ਚੀਜ਼ ਦਾ ਮੈਂ ਗਵਾਹ ਬੈਠਾ।